हेलो जी, मेरे वल्लों प्यार भरी सत श्री अकाल सारिआं नूं। गुवाहाटी चैनल दे विच मेरीआं भैणां ते मेरे वीरां दा स्वागत आ। हाँ जी, अज दी वीडियो आपां लगे आं बणाउण टिंडे दी सब्जी। टिंडो दी सब्जी बहुत ही वधिया ते टेस्टी, सब नूं पसंद आउण वाली। उम्मीद करदे आं मेरी अज दी वीडियो तुहानूं जरूर पसंद आऊगी। पसंद आई तां लाइक ते कमेंट करके जरूर दसना। हाँ जी, वीडियो नूं वध तों वध अगे शेयर कर दिया करो। जिन्हां ने हाले तक मेरे चैनल नूं सबसक्राइब नहीं कीता तां प्लीज़ जरूर कर लैणा। चलो जी, फिर आप शुरू करते हैं, तैयारी करते हैं बनाने कि अज आप इन्नी टेस्टी लाजवाब सब्जी नूं किवें बनाया। टिंडो की सब्जी ये लै जी, आप 1 किलो टिंडो आ ते जिहड़ियां फाड़ियां विच कट्टियां होईयां। मैनूं लगदा सीगा कि टिंडो पक्के ना होण, इस करके इत्थे भाई कोलों जिहड़े आप टिंडो कट्ट के देख ले सीगे वी पक्के ना होण। टिंडोआं नूं आपां धो के चंगी तरह साफ़ करके छिल लिया। छिलण तों बाद फिर आपां जिहड़ा इन्हां नूं धो लिया सीगा। धोण तो बाद हुण आपां इन्हां दे विच कट ला देणे। इन्हां दी आपां फाड़ियां नहीं कट्टांगे, आपां साबत ही जिहड़ा टिंडो बनावांगे। भरवां टिंडो हुंदा कि मसाला भर के बनाया जांदा, ते अज आपां बिल्कुल आसान जी रैसपी आ। इहदे विच आपां नूं जिहड़ा मसाला भरन दी लोड़ नहीं पऊगी, अपने आप ही इहदे विच जिहड़ा मसाला आ उह भर जाऊगा। सारे टिंडो आपां लै के उहनां दे विच आपां दो दो कट ला लैणे आ। इस तरह प्लस दा निशान जिहा ला लैणा, ਥੱਲਿਓਂ ਜੁੜੇ ਰਹਿਣ, ਵਿਚਾਲੋਂ ਕੱਟ ਲਾ ਲਓ। ਇੱਧਰ ਆਪਾਂ ਕੜਾਹੀ ਦੇ ਵਿੱਚ ਸਰ੍ਹੋਂ ਦਾ ਤੇਲ ਆ ਜਿਹੜਾ ਚੰਗੀ ਤਰ੍ਹਾਂ ਆਪਾਂ ਇਹਨੂੰ ਗਰਮ ਕਰ ਲਿਆ। ਹੁਣ ਆਪਾਂ ਟਿੰਡੋ ਨੂੰ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਫਰਾਈ ਕਰ ਲਵਾਂਗੇ, ਪਕਾ ਲਵਾਂਗੇ। ਤੇਲ ਜਿਹੜਾ ਆਪਣਾ ਧੂੰਆਂ ਨਿਕਲਣ ਲੱਗ ਗਿਆ, ਸਰ੍ਹੋਂ ਦਾ ਤੇਲ ਲਿਆ ਹੈ। ਸਰ੍ਹੋਂ ਦਾ ਤੇਲ ਨੂੰ ਹਮੇਸ਼ਾ ਪੂਰੀ ਤਰ੍ਹਾਂ ਗਰਮ ਕਰਿਆ ਕਰੋ, ਕਿਉਂਕਿ ਕਾਫੀ ਘਰਾਂ ਦੇ ਵਿੱਚ ਜਿਹੜਾ ਸਰ੍ਹੋਂ ਦੇ ਤੇਲ ਨੂੰ ਨਾ ਪਸੰਦ ਨਹੀਂ ਕੀਤਾ ਜਾਂਦਾ, ਕਿਉਂਕਿ ਵੀ ਉਹਨਾਂ ਨੂੰ ਵਧੀਆ ਨਹੀਂ ਲੱਗਦਾ ਇਹਦਾ ਫਲੇਵਰ। ਵੀ ਤੇਲ ਨੂੰ ਜਦੋਂ ਕਲਕਾਉਂਦੇ ਨਹੀਂ, ਕੱਚਾ ਤੇਲ ਰਹਿ ਜਾਂਦਾ ਤਾਂ ਫਿਰ ਉਹਦਾ ਫਲੇਵਰ ਆ ਜਿਹੜਾ ਸਬਜ਼ੀ ਦਾ ਟੇਸਟ ਆ ਉਹ ਖਰਾਬ ਹੋ ਜਾਂਦਾ। ਇਸ ਕਰਕੇ ਸਰ੍ਹੋਂ ਦੇ ਤੇਲ ਨੂੰ ਹਮੇਸ਼ਾ ਪੂਰੀ ਤਰ੍ਹਾਂ ਗਰਮ ਕਰਿਆ ਕਰੋ, ਜਿੰਨਾ ਚਿਰ ਉਹਦੇ ਵਿੱਚੋਂ ਧੂੰਆਂ ਨਹੀਂ ਨਿਕਲਣ ਲੱਗ ਜਾਂਦਾ ਜਾਂ ਉਹਦਾ ਕਲਰ ਨਹੀਂ ਚੇਂਜ ਹੋ ਜਾਂਦਾ, ਇੰਨਾ ਕੁ ਤੁਸੀਂ ਗਰਮ ਕਰ ਲਿਆ ਕਰੋ। ਲਓ ਜੀ, ਹੁਣ ਆਪਾਂ ਸਾਰੇ ਟਿੰਡੋ ਤੇਲ ਗਰਮ ਤੇਲ ਦੇ ਵਿੱਚ ਪਾ ਲਏ ਆ, ਅਤੇ ਇਹਨਾਂ ਨੂੰ ਆਪਾਂ ਫਰਾਈ ਕਰ ਲੈਣਾ, ਕੱਚਾ ਪਾਣਾ ਜਿਹੜਾ ਦੂਰ ਕਰ ਲੈਣਾ। ਫਰਾਈ ਕਰਨ 'ਤੇ ਆਪਣੇ ਸਿਰਫ 5 ਮਿੰਟ ਤੋਂ ਵੀ ਘੱਟ ਹੀ ਸਮਾਂ ਲੱਗਿਆ। ਆ ਦੇਖੋ, ਟਿੰਡੋ ਆਪਾਂ ਪੂਰੀ ਤਰ੍ਹਾਂ ਆਪਾਂ ਇਹਨਾਂ ਨੂੰ ਫਰਾਈ ਕਰ ਲਿਆ, ਅਤੇ ਹੁਣ ਆਪਾਂ ਜਿਹੜਾ ਤੇਲ ਦੇ ਵਿੱਚੋਂ ਕੱਢ ਲਵਾਂਗੇ। ਵਿੱਚ 2-3 ਟਿੰਡੋ ਜਿਹੜੇ ਕੱਟੇ ਹੋਏ ਸੀਗੇ, ਇਸ ਕਰਕੇ ਉਹਨਾਂ ਦੀਆਂ ਜਿਹੜੀਆਂ ਫਾੜੀਆਂ ਏ, ਅਤੇ ਬਾਕੀ ਆਪਣੇ ਟਿੰਡੋ ਜਿਹੜੇ ਸਾਬਤ ਹੀ ਆ। ਜਿੰਨੀ ਦੇਰ ਆਪਣੇ ਟਿੰਡੋ ਇੱਕ ਸਾਈਡ 'ਤੇ ਆਪਾਂ ਰੱਖ ਦਿੰਦੇ ਹਾਂ, ਉਨੀ ਦੇਰ ਆਪਾਂ ਜਿਹੜਾ ਇਹ ਤੜਕਾ ਬਣਾਵਾਂਗੇ। ਹੁਣ ਆਪਾਂ ਬਚੇ ਹੋਏ ਤੇਲ ਨੂੰ ਜਿਹੜਾ ਕੱਢ ਦਿੰਦੇ ਹਾਂ, ਕਿਉਂਕਿ ਤੇਲ ਜ਼ਿਆਦਾ ਹੈ ਅਤੇ ਆਪਾਂ ਘੱਟ ਤੇਲ ਦੇ ਵਿੱਚ ਜਿਹੜਾ ਤੜਕਾ ਲਾਵਾਂਗੇ। ਥੋੜ੍ਹਾ ਜਿਹਾ ਆਪਾਂ ਤੇਲ ਲੈ ਲਿਆ, ਬਾਕੀ ਸਾਰਾ ਤੇਲ ਆਪਾਂ ਇੱਕ ਭਾਂਡੇ ਦੇ ਵਿੱਚ ਕੱਢਤਾ। ਜੀਰਾ ਲੈ ਲਿਆ ਥੋੜ੍ਹਾ ਜਿਹਾ, ਲਸਣ ਲੈ ਲਿਆ। ਹੁਣ ਆਪਾਂ ਲਵਾਂਗੇ ਬਰੀਕ ਕੱਟੇ ਹੋਏ 3 ਤੋਂ 4 ਪਿਆਜ਼। ਲਸਣ ਨੂੰ ਤਾਂ ਆਪਾਂ ਸੇਕ ਲਵਾ ਲਿਆ ਹਲਕਾ ਜਿਹਾ, ਸਾੜਨਾ ਨਹੀਂ ਬਿਲਕੁਲ ਵੀ। ਕਈ ਵਾਰੀ ਜ਼ਿਆਦਾ ਤੇਲ ਗਰਮ ਹੋਵੇ ਲਸਣ ਸੜ ਜਾਂਦਾ ਹੈ। ਅਤੇ ਪਿਆਜ਼ ਨੂੰ ਵੀ ਆਪਾਂ ਉਨੀ ਦੇਰ ਭੁੰਨਣਾ ਜਿੰਨੀ ਦੇਰ ਕਲਰ ਨਹੀਂ ਚੇਂਜ ਹੁੰਦਾ। ਜਿੰਨੀ ਚਿਰ ਆਪਣਾ ਪਿਆਜ਼ ਭੁੰਨ ਰਿਹਾ ਉਨੀ ਦੇਰ ਆਪਾਂ ਮਸਾਲਾ ਬਣਾ ਕੇ ਇਹ ਤਿਆਰ ਕਰਾਂਗੇ। ਇੱਧਰ ਆਪਾਂ 1 ਚਮਚ ਲੌਂਗ ਲੈ ਲਿਆ, 1 ਜੀਰਾ ਲੈ ਲਿਆ, 2 ਚਮਚ ਆਪਾਂ ਸੌਂਫ ਲੈ ਲਿਆ, ਛੋਟਾ ਜਿਹਾ ਟੁਕੜਾ ਆਪਾਂ ਦਾਲ ਚੀਨੀ ਦਾ ਲੈ ਲਿਆ। ਅਤੇ ਇਸ ਨੂੰ ਜਿਹੜਾ ਆ ਆਪਾਂ ਸਬਜ਼ੀ ਦੇ ਲਈ ਸਪੈਸ਼ਲ ਮਸਾਲਾ ਜਿਹੜਾ ਆਪਾਂ ਤਿਆਰ ਕਰਾਂਗੇ। ਇਹਦੇ ਨਾਲ ਕੀ ਫਲੇਵਰ ਬਹੁਤ ਵਧੀਆ। ਵੈਸੇ ਵੀ ਆਪਾਂ ਇਹ ਸਾਬਤੇ ਮਸਾਲੇ ਪਾ ਸਕਦੇ ਹਾਂ, ਪਰ ਆਪਾਂ ਇਹਨੂੰ ਜਿਹੜਾ ਪੀਸ ਕੇ ਗ੍ਰਾਇੰਡ ਕਰਕੇ ਇਸਦਾ ਪਾਊਡਰ ਬਣਾ ਲਵਾਂਗੇ, ਫਿਰ ਆਪਾਂ ਜਿਹੜਾ ਮਸਾਲੇ ਨੂੰ ਸਬਜ਼ੀ ਦੇ ਵਿੱਚ ਵਰਤਾਂਗੇ। ਲਓ ਜੀ, ਮਸਾਲਾ ਤਿਆਰ ਆ, ਇੱਕ ਕੌਲੀ ਦੇ ਵਿੱਚ ਕੱਢ ਲੈਂਦੇ ਹਾਂ। ਹੁਣ ਆਪਾਂ ਚੱਲਦੇ ਹਾਂ ਜੀ ਕੜਾਹੀ ਦੀ ਤਰਫ। ਪਿਆਜ਼ ਜਿਹੜਾ ਆਪਣਾ ਭੁੱਜ ਰਿਹਾ, ਅਤੇ ਹੁਣ ਆਪਾਂ ਇੱਧਰ 3 ਟਮਾਟਰ ਲਏ ਸੀ ਅਤੇ ਉਹਨਾਂ ਨੂੰ ਵੀ ਜਿਹੜਾ ਆਪਾਂ ਪੀਸ ਲਿਆ, ਪੇਸਟ ਬਣਾ ਲਿਆ। ਇਸ ਟਮਾਟਰ ਦੇ ਵਿੱਚ ਹੁਣ ਆਪਾਂ ਮਸਾਲੇ ਪਾਵਾਂਗੇ। ਆਪਾਂ ਟਮਾਟਰ ਦੇ ਵਿੱਚ ਹੀ ਜਿਹੜਾ ਮਸਾਲਿਆਂ ਨੂੰ ਪਾ ਲੈਣਾ। ਹਲਦੀ, ਗਰਮ ਮਸਾਲਾ, ਲਾਲ ਮਿਰਚ ਪਾਊਡਰ, ਹੁਣ ਆਪਾਂ ਲਵਾਂਗੇ ਧਨੀਆ ਪਾਊਡਰ, ਅਤੇ ਜਿਹੜਾ ਆਪਾਂ ਮਸਾਲਾ ਤਿਆਰ ਕੀਤਾ ਹੈ, ਲੌਂਗ, ਸੌਂਫ, ਦਾਲਚੀਨੀ, ਜੀਰਾ, ਅਤੇ ਇਹ ਆਪਾਂ ਟਮਾਟਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ।
ਤਾਂ ਕਿ ਮਸਾਲੇ ਜਿਹੜਾ ਟਮਾਟਰ ਦੇ ਪਾਣੀ ਦੇ ਵਿੱਚ ਹੀ ਫੁੱਲ ਜਾਣ, ਨਾ ਤਾਂ ਆਪਾਂ ਨੂੰ ਦਹੀਂ ਪਾਉਣ ਦੀ ਲੋੜ ਪਈ ਨਾ ਪਾਣੀ ਪਾਉਣਾ ਪਿਆ। ਲਓ ਜੀ ਹੁਣ ਆਪਣਾ ਪਿਆਜ਼ ਪੂਰੀ ਤਰ੍ਹਾਂ ਭੁੱਜ ਚੁੱਕਿਆ, ਇਹਦੇ ਵਿੱਚ ਆਪਾਂ ਪਾਵਾਂਗੇ ਟਮਾਟਰ ਮਸਾਲਾ। ਅਤੇ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਵੀ ਜਿਹੜਾ 2-3 ਮਿੰਟ ਲਈ ਸੇਕ ਲਵਾ ਕੇ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਇਹਨਾਂ ਨੂੰ। ਨਾਲੇ ਤਾਂ ਆਪਣਾ ਟਮਾਟਰ ਭੁੱਜ ਜਾਊਗਾ, ਕੱਚਾਪਨ ਦੂਰ ਹੋ ਜਾਊਗਾ, ਨਾਲੇ ਆਪਣੇ ਜਿਹੜੇ ਮਸਾਲੇ ਆ ਉਹ ਪੂਰੀ ਤਰ੍ਹਾਂ ਭੁੱਜ ਜਾਣਗੇ। ਸੁੱਕੀ ਮੇਥੀ ਲੈ ਲਈ ਆਪਾਂ, ਲਓ ਜੀ ਮਸਾਲੇ ਜੇ ਆਪਣੇ ਜਿਹੜੇ ਭੁੱਜ ਗਿਆ। ਅਤੇ ਇਹਦੇ ਵਿੱਚ ਹੁਣ ਆਪਾਂ ਲਾ ਲਿਆ ਲੂਣ, ਸਵਾਦ ਅਨੁਸਾਰ ਲੈ ਲਿਆ। ਤੁਸੀਂ ਇੱਕ ਵਾਰ ਇਸ ਤਰ੍ਹਾਂ ਟਿੰਡੋਆਂ ਦੀ ਸਬਜ਼ੀ ਜਿਹੜੀ ਬਣਾ ਕੇ ਜ਼ਰੂਰ ਟਰਾਈ ਕਰਿਓ, ਤੁਹਾਡੇ ਫੈਮਿਲੀ ਮੈਂਬਰ ਤੁਹਾਡੇ ਬੱਚਿਆਂ ਨੂੰ ਜ਼ਰੂਰ ਪਸੰਦ ਆਊਗੀ। ਥੋੜ੍ਹਾ ਜਿਹਾ ਆਪਾਂ ਪਾਣੀ ਐਡ ਕਰ ਲਿਆ ਤਾਂ ਕਿ ਆਪਾਂ ਜਿਹੜਾ ਤੜਕੇ ਨੂੰ ਵਧੀਆ ਬਣਾ ਸਕੀਏ, ਭੁੰਨ ਸਕੀਏ ਚੰਗੀ ਤਰ੍ਹਾਂ। ਨਾਲ ਵਿੱਚ 4 ਹਰੀਆਂ ਮਿਰਚਾਂ ਸਾਬਤ ਹੀ ਜਿਹੜੀਆਂ ਐਡ ਕਰ ਲਈਆਂ। ਇੱਧਰ ਆਪਾਂ ਟਿੰਡੋ ਫਰਾਈ ਕੀਤੇ ਹੋਏ ਵਿੱਚ ਮਸਾਲੇ ਦੇ ਐਡ ਕਰਤੇ। ਜੇਕਰ ਤੁਸੀਂ ਜ਼ਿਆਦਾ ਗ੍ਰੇਵੀ ਬਣਾਉਣਾ ਚਾਹੁੰਦੇ ਆ, ਸਬਜ਼ੀ ਦੇ ਵਿੱਚ ਕਈ ਵਾਰ ਗ੍ਰੇਵੀ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਤਰੀ ਨੂੰ, ਤਾਂ ਤੁਸੀਂ ਪਾਣੀ ਦੀ ਮਾਤਰਾ ਜਿਹੜੀ ਵਧਾ ਸਕਦੇ ਆ। 2 ਕੌਲੀਆਂ ਤੁਸੀਂ ਪਾਣੀ ਦੀਆਂ ਪਾ ਸਕਦੇ ਆ, ਮੈਂ ਤਾਂ ਅੱਧੀ ਕੁ ਕੌਲੀ ਪਾਣੀ ਦੀ ਪਾਈ ਆ, ਜ਼ਿਆਦਾ ਨਹੀਂ ਪਾਈਗੀ। ਅਤੇ ਆਪਾਂ ਬਣਾਵਾਂਗੇ ਬਿਲਕੁਲ ਡਰਾਈ ਟਿੰਡੋ, ਜ਼ਿਆਦਾ ਲਿਕੁਇਡ ਤਰੀ ਵਾਲੇ ਜਾਂ ਗ੍ਰੇਵੀ ਵਾਲੇ ਨਹੀਂ ਬਣਾਵਾਂਗੇ। ਤੁਸੀਂ ਜੇਕਰ ਗ੍ਰੇਵੀ ਤਰੀ ਵਾਲੇ ਬਣਾਉਣਾ ਚਾਹੁੰਦੇ ਤਾਂ ਇਹਦੇ ਵਿੱਚ 2 ਕੌਲੀਆਂ ਪਾਣੀ ਦੀਆਂ ਐਡ ਕਰ ਲਓ। ਹੁਣ ਆਪਾਂ ਲਵਾਂਗੇ ਜੀ ਪਾਓ ਭਾਜੀ ਮਸਾਲਾ। ਇਸ ਦਾ ਫਲੇਵਰ ਵੀ ਜਿਹੜਾ ਬਹੁਤ ਵਧੀਆ ਲੱਗਦਾ ਸਬਜ਼ੀ ਦੇ ਵਿੱਚ, ਅਤੇ ਕਲਰ ਵੀ ਬਹੁਤ ਸੋਹਣਾ ਬਣ ਜਾਂਦਾ, ਖੁਸ਼ਬੂ ਬਹੁਤ ਵਧੀਆ ਆਉਂਦੀ ਆ। ਤੁਸੀਂ ਜ਼ਰੂਰ ਜੇਕਰ ਤੁਹਾਡੇ ਕੋਲ ਹੋਇਆ ਤਾਂ ਜ਼ਰੂਰ ਟਰਾਈ ਕਰਿਓ, ਪਾਇਓ ਸਬਜ਼ੀ ਦੇ ਵਿੱਚ ਪਾਓ ਭਾਜੀ ਮਸਾਲਾ। ਇੱਕ ਵਾਰ ਤੁਸੀਂ ਮੇਰੇ ਤਰੀਕੇ ਦੇ ਨਾਲ ਟਿੰਡੋਆਂ ਦੀ ਸਬਜ਼ੀ ਬਣਾ ਕੇ ਦੇਖੋ, ਤੁਹਾਡੀ ਬੱਲੇ ਬੱਲੇ ਹੋ ਜਾਊਗੀ, ਤਾਰੀਫ ਹੀ ਤਾਰੀਫ। ਲਓ ਜੀ ਹੁਣ ਆਪਾਂ ਇਹਨੂੰ 5 ਤੋਂ 7 ਮਿੰਟ ਲਈ ਪਕਾ ਲਵਾਂਗੇ ਮਸਾਲਿਆਂ ਦੇ ਵਿੱਚ ਟਿੰਡੋਆਂ ਨੂੰ। 7-8 ਮਿੰਟ ਹੋ ਗਏ ਟਿੰਡੋ ਬਣਦਿਆਂ ਹੋਇਆਂ ਨੂੰ, ਪੂਰੀ ਤਰ੍ਹਾਂ ਟਿੰਡੋਆਂ ਦੀ ਸਬਜ਼ੀ ਜਿਹੜੀ ਆਪਣੀ ਬਣ ਚੁੱਕੀ ਹੈ, ਮਸਾਲੇ ਆ ਜਿਹੜੇ ਵਿੱਚ ਰਚ ਚੁੱਕੇ ਆ, ਆਪਣੇ ਆਪ ਹੀ ਜਿਹੜੇ ਇਹ ਮਸਾਲੇ ਆ ਟਿੰਡੋਆਂ ਦੇ ਵਿੱਚ ਭਰ ਜਾਂਦੇ ਆ, ਅਤੇ ਆਪਾਂ ਨੂੰ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਇਹਨਾਂ ਦੇ ਵਿੱਚ ਮਸਾਲਾ ਭਰਨ ਦੀ। ਆ ਦੇਖ ਲਓ, ਦੇਖ ਰਹੇ ਆ ਨਾ ਤੁਹਾਨੂੰ ਵਿੱਚ ਮਸਾਲਾ ਪੂਰੀ ਤਰ੍ਹਾਂ ਭਰਿਆ ਹੋਇਆ। ਅਤੇ 2 ਮਿੰਟ ਸੇਕ ਲਵਾਉਣ ਤੋਂ ਬਾਅਦ ਫਿਰ ਆਪਾਂ ਸਰਵ ਕਰਾਂਗੇ। ਲਓ ਜੀ ਹੁਣ ਆਪਾਂ ਇਹਨਾਂ ਨੂੰ ਸਰਵ ਕਰ ਲਿਆ ਇੱਕ ਡੋਂਗੇ ਦੇ ਵਿੱਚ, ਅਤੇ ਸਬਜ਼ੀ ਦੀ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਆ, ਕਲਰ ਬਹੁਤ ਵਧੀਆ ਬਣ ਕੇ ਤਿਆਰ ਆ। ਨਾਨ ਰੋਟੀ ਪਰੌਂਠੇ ਦੇ ਨਾਲ ਖਾਓ, ਬਹੁਤ ਟੇਸਟੀ ਲੱਗਦੀ ਆ। ਚੌਲਾਂ ਦੇ ਨਾਲ ਵੀ ਆਪਾਂ ਖਾ ਸਕਦੇ ਹਾਂ, ਸਬਜ਼ੀ ਬਹੁਤ ਵਧੀਆ ਲੱਗਦੀ ਹੈ। ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾ ਕੇ ਜ਼ਰੂਰ ਆਪਣੇ ਪਰਿਵਾਰ ਨੂੰ, ਆਪਣੇ ਫੈਮਿਲੀ ਮੈਂਬਰ ਨੂੰ ਸਬਜ਼ੀ ਬਣਾ ਕੇ ਖਵਾਇਓ, ਸਭ ਨੂੰ ਪਸੰਦ ਆਊਗੀ। ਹਾਂਜੀ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ? ਵਧੀਆ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।